ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇੱਕ ਵਾਰੀ ਫਿਰ ਮੈਂ ਤੁਹਾਡਾ ਆਪਣਾ ਹੈਰੀ ਧਨੋਵਾ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੁਪਰ ਡੁਪਰ ਬੈਕ ਐਂਡ ਬਾਈਸੈਪਸ ਦਾ ਵਰਕਆਊਟ। ਹੁਣ ਇਹਨੂੰ ਮੈਂ ਸੁਪਰ ਡੁਪਰ ਕਿਉਂ ਕਿਹਾ, ਕਿਉਂਕਿ ਇਹਦੇ ਵਿੱਚ ਅਸੀਂ ਪਰਫੋਰਮ ਕਰਾਂਗੇ ਬੈਕ ਐਂਡ ਬਾਈਸੈਪਸ ਬਿਨਾਂ ਰੁਕੇ ਸੁਪਰ ਸੈੱਟ ਦੇ ਵਿੱਚ, ਕਿ ਕਿਵੇਂ ਆਪਾਂ ਸੁਪਰ ਸੈੱਟ ਜਿਹੜੇ ਆ, ਕਿਹੜੇ ਕਿਹੜੇ ਸੈੱਟ ਜਿਹੜੇ ਆਪਾਂ ਕੰਬਾਈਨ ਕਰ ਸਕਦੇ ਹਾਂ ਬੈਕ ਐਂਡ ਬਾਈਸ ਵਰਕਆਊਟ ਦੇ ਵਿੱਚ, ਜਿਹਦੇ ਨਾਲ ਤੁਹਾਨੂੰ ਇਨਸੇਨ ਜਿਹੜਾ ਆ ਪੰਪ ਮਿਲੂਗਾ ਤੁਹਾਡੀ ਬੋਡੀ। ਸੋ ਵਿਦਆਊਟ ਵੇਸਟਿੰਗ ਟਾਈਮ ਆਓ ਚੱਲਦੇ ਹਾਂ ਸਿੱਧਾ ਵੀਡੀਓ ਦੇ ਵਿੱਚ। ਸੋ ਦੋਸਤੋ, ਅੱਜ ਦੀ ਜਿਹੜੀ ਫਸਟ ਐਕਸਰਸਾਈਜ਼ ਉਹ ਹੋਵੇਗੀ ਸਾਡੇ ਪੁਲਅਪਸ। ਪੁਲਅਪ ਜਿਹੜੀ ਆ ਇੱਕ ਮੇਜਰ ਐਕਸਰਸਾਈਜ਼ ਆ ਜਿਹਨੂੰ ਬਹੁਤ ਸਾਰੇ ਬੱਚੇ ਜਿਹੜੇ ਆ ਨਿਗਲੈਕਟ ਕਰਦੇ ਆ, ਪਰ ਤੁਸੀਂ ਇਸ ਐਕਸਰਸਾਈਜ਼ ਨੂੰ ਜ਼ਰੂਰ ਪਰਫੋਰਮ ਕਰਨਾ ਆ ਤਾਂ ਕਿ ਪ੍ਰੋਪਰਲੀ ਜਿਹੜੇ ਤੁਹਾਡੇ ਲੈਟਸ ਨੇ ਉਹ ਇੰਗੇਜ ਹੋ ਸਕਣ, ਠੀਕ ਹੈ ਜੀ। ਇਸ ਦੇ ਨਾਲ ਜਿਹੜਾ ਅਸੀਂ ਸੁਪਰ ਸੈੱਟ ਪਰਫਾਰਮ ਕਰਾਂਗੇ, ਦਿਸ ਇਜ਼ ਕਾਲਡ ਦੀ ਮਦਰ ਆਫ ਆਲ ਬਾਈਸੈਪ ਐਕਸਰਸਾਈਜ਼ਿਜ਼। ਯੈਸ, ਵੀ ਆਰ ਟਾਕਿੰਗ ਅਬਾਊਟ ਬਾਰਬਲ ਕਰਲਸ, ਠੀਕ ਹੈ ਨਾ। ਬਾਰਬਲ ਕਰਲਸ ਜਿਹੜੀਆਂ ਤੁਸੀਂ ਮਸ਼ੀਨ ਦੇ ਉੱਪਰ ਵੀ ਪਰਫਾਰਮ ਕਰ ਸਕਦੇ ਹੋ, ਅਤੇ ਤੁਸੀਂ ਜਿਹੜਾ ਇਹਨੂੰ ਓਪਨਲੀ ਜਿਹੜੀ ਆ ਓਪਨ ਰੋਡਸ ਹੁੰਦੀਆਂ ਨਾ ਉਹਦੇ ਉੱਪਰ ਵੀ ਪਰਫਾਰਮ ਕਰ ਸਕਦੇ ਹੋ। ਇਹਦੇ ਤੁਸੀਂ ਲਗਾਓਗੇ 3 ਤੋਂ 4 ਸੈੱਟ 12 ਤੋਂ 15 ਰੈਪਸ ਵਿਦ ਸੁਪਰ ਸੈੱਟ। ਨੈਕਸਟ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਗਰਾਊਂਡਡ ਪੁਲੀ, ਠੀਕ ਹੈ ਨਾ, ਜਿਹਨੂੰ ਮਸ਼ੀਨ ਰੋਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਆ, ਠੀਕ ਹੈ ਜੀ। ਇਸ ਨੂੰ ਵੀ ਤੁਸੀਂ ਸਲੋ ਐਂਡ ਸਟੈਡੀ ਪਰਫਾਰਮ ਕਰੋਗੇ ਵਿਦ ਫੁੱਲ ਰੇਂਜ ਆਫ ਮੋਸ਼ਨ, ਤਾਂ ਕਿ ਇਹਦੇ ਵਿੱਚ ਵੀ ਤੁਹਾਡੀ ਜਿਹੜੀ ਮਿਡਲ ਬੈਕ ਆ ਉਹ ਪ੍ਰੋਪਰਲੀ ਜਿਹੜੀ ਆ ਇੰਗੇਜ ਹੋ ਸਕੇ। ਹੁਣ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਵੀ ਜਿਹੜੇ ਝਟਕੇ ਨਹੀਂ ਮਰਵਾ ਰਿਹਾ, ਪ੍ਰੋਪਰਲੀ ਨੀਟ ਐਂਡ ਕਲੀਨ ਤਰੀਕੇ ਦੇ ਨਾਲ ਜਿਹੜਾ ਸੈੱਟ ਆ ਉਹ ਪਰਫਾਰਮ ਕਰ ਰਿਹਾ ਹਾਂ। ਇਸ ਐਕਸਰਸਾਈਜ਼ ਦੇ ਨਾਲ ਅਸੀਂ ਸੁਪਰ ਸੈੱਟ ਕੰਬਾਈਨ ਕਰਾਂਗੇ ਦਾ ਹੈਮਰ ਕਰਲਸ। ਹੈਮਰ ਕਰਲਸ ਬੇਸਿਕਲੀ ਟਾਰਗੇਟ ਕਰਦੇ ਨੇ ਸਾਡੇ ਬ੍ਰੈਕੀਐਲਸ ਮਸਲ ਨੂੰ। ਸੋ ਇਹਨਾਂ ਦੋਨਾਂ ਐਕਸਰਸਾਈਜ਼ ਦੇ ਕੰਬਾਈਨ ਰੈਪਸ ਜਿਹੜੇ ਤੁਸੀਂ ਲਗਾਓਗੇ ਉਹ ਤੁਸੀਂ ਲਗਾਓਗੇ 10 ਤੋਂ 12 ਰੈਪਸ ਵਿਦ 4 ਤੋਂ 5 ਸੈਟਸ, ਠੀਕ ਹੈ ਨਾ। 4 ਤੋਂ 5 ਸੈੱਟ ਤੁਸੀਂ ਜਿਹੜੇ ਆ ਪਰਫਾਰਮ ਕਰਨੇ ਆ ਵਿਦ 10 ਤੋਂ 12 ਰੈਪਸ, ਠੀਕ ਹੈ ਜੀ। ਸਲੋ ਐਂਡ ਸਟੈਡੀ ਜਿਹੜਾ ਸੈੱਟ ਨੂੰ ਪਰਫਾਰਮ ਕਰਨਾ ਆ। ਇਸ ਤੋਂ ਜਿਹੜੀ ਨੈਕਸਟ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਉਹ ਅਸੀਂ ਪਰਫਾਰਮ ਕਰਾਂਗੇ ਦਾ ਬਾਰਬਲ ਰੋਜ਼, ਵਨ ਆਫ ਦੀ ਮੋਸਟ ਇੰਪੋਰਟੈਂਟ ਐਕਸਰਸਾਈਜ਼ ਇਨ ਦੀ ਲੈਟਸ ਮਸਲ ਗਰੁੱਪ। ਇਹਨੂੰ ਵੀ ਜਿਹੜਾ ਤੁਸੀਂ ਪ੍ਰੋਪਰਲੀ ਜਿਹੜਾ ਆ ਨੀਟ ਐਂਡ ਕਲੀਨ ਵੇ ਦੇ ਨਾਲ ਜਿਹੜਾ ਆ ਪਰਫਾਰਮ ਕਰਨਾ ਆ, ਝਟਕੇ ਜਿਹੜੇ ਤੁਸੀਂ ਨਹੀਂ ਮਰਾਉਣੇ, ਠੀਕ ਹੈ ਜੀ। ਐ ਸਲੋ ਐਂਡ ਸਟੈਡੀ ਜਿਹੜਾ ਸੈੱਟ ਨੂੰ ਪਰਫਾਰਮ ਕਰਨਾ ਆ, ਠੀਕ ਹੈ ਜੀ। ਇਸ ਦੇ ਨਾਲ ਜਿਹੜਾ ਅਸੀਂ ਸੁਪਰ ਸੈੱਟ ਲਾਉਣਾ ਆ ਉਹ ਅਸੀਂ ਲਾਉਣਾ ਆ ਦਾ ਕੰਸੈਂਟ੍ਰੇਸ਼ਨ ਕਰਲਸ। ਹੁਣ ਕੰਸੈਂਟ੍ਰੇਸ਼ਨ ਕਰਲਸ ਦੇ ਵਿੱਚ ਤੁਸੀਂ ਕੀ ਕਰਨਾ ਆ, ਵੇਟ ਹਮੇਸ਼ਾ ਲਾਈਟ ਯੂਜ਼ ਕਰਨਾ ਆ ਅਤੇ ਰੈਪਸ ਜਿਹੜਾ ਆ ਆਪਣਾ ਫੋਕਸ ਰੱਖਣਾ ਹੈ। ਹੁਣ ਇਸ ਦੇ ਵਿੱਚ ਅਸੀਂ ਪਰਫਾਰਮ ਕਰਾਂਗੇ 15 ਰੈਪਸ, ਠੀਕ ਹੈ ਨਾ, ਅਤੇ 3 ਤੋਂ 4 ਜਿਹੜੇ ਸੈੱਟ ਆ ਅਸੀਂ ਇਸ ਐਕਸਰਸਾਈਜ਼ ਦੇ ਪਰਫਾਰਮ ਕਰਾਂਗੇ 3 ਤੋਂ 4 ਸੈੱਟ ਵਿਦ 12 ਤੋਂ 15 ਰੈਪਸ ਲਗਾਵਾਂਗੇ। ਬਿਲਕੁਲ ਸਲੋ ਐਂਡ ਸਟੈਡੀ ਉੱਪਰ ਜਾ ਕੇ ਪ੍ਰੋਪਰਲੀ ਸਕੂਈਜ਼ ਕਰਾਂਗੇ, ਪ੍ਰੋਪਰਲੀ ਸਟ੍ਰੈਚ ਕਰਾਂਗੇ, ਠੀਕ ਹੈ ਜੀ। ਜਿਹੜੀ ਅੱਜ ਦੀ ਲਾਸਟ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਉਹ ਅਸੀਂ ਪਰਫਾਰਮ ਕਰਾਂਗੇ ਦਾ ਪੁੱਲ ਓਵਰ ਡੰਬਲ। ਪੁੱਲ ਓਵਰ ਡੰਬਲ ਬੇਸਿਕਲੀ ਹੈਲਪ ਕਰਦੀ ਆ ਸਾਡੀ ਬੈਕ ਨੂੰ ਹੋਰ ਵਾਈਡਰ ਕਰਨ ਦੇ ਵਿੱਚ। ਸਾਡੇ ਜਿਹੜੇ ਬੈਕ ਦੇ ਵਿੰਗਸ ਹੁੰਦੇ ਆ ਜਿਨ੍ਹਾਂ ਨੂੰ ਲੈਟਸ ਵਿੰਗਸ ਕਿਹਾ ਜਾਂਦਾ ਆ, ਉਹਨਾਂ ਨੂੰ ਵਾਈਡ ਕਰਨ ਦੇ ਵਿੱਚ ਹੈਲਪ ਕਰਦੀ ਆ। ਇਸ ਨੂੰ ਤੁਸੀਂ ਜਿਹੜਾ ਆ ਪੈਰਲਲੀ ਵੀ ਪਰਫਾਰਮ ਕਰ ਸਕਦੇ ਹੋ, ਅਤੇ ਜਿਵੇਂ ਮੈਂ ਪਰਫਾਰਮ ਕਰ ਰਿਹਾ ਹਾਂ ਇਵੇਂ ਵੀ ਪਰਫਾਰਮ ਕਰ ਸਕਦੇ ਹੋ, ਠੀਕ ਹੈ ਜੀ। ਸਲੋ ਐਂਡ ਸਟੈਡੀ ਇਸ ਨੂੰ ਤੁਸੀਂ ਪਰਫਾਰਮ ਕਰਨਾ ਆ, ਪ੍ਰੋਪਰ ਬੈਕ ਨੂੰ ਸਟ੍ਰੈਚ ਦੇਣਾ ਆ ਤਾਂ ਕਿ ਤੁਹਾਡੇ ਸ਼ੋਲਡਰਸ ਦੇ ਉੱਪਰ ਘੱਟ ਜ਼ੋਰ ਆਵੇ ਅਤੇ ਤੁਹਾਡੀ ਬੈਕ ਦੇ ਉੱਪਰ ਜਿਹੜਾ ਆ ਜ਼ਿਆਦਾ ਇੰਟੈਂਸ਼ਨ ਆਵੇ, ਠੀਕ ਹੈ ਜੀ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਨੀਟ ਐਂਡ ਕਲੀਨ ਵੇ ਦੇ ਨਾਲ ਜਿਹੜਾ ਮੈਂ ਸੈੱਟ ਆ ਉਹਨੂੰ ਪਰਫਾਰਮ ਕਰ ਰਿਹਾ ਹਾਂ, ਠੀਕ ਹੈ ਜੀ। ਇਹ ਤਾਂ ਸੀਗਾ ਸਾਡਾ ਪੁੱਲ ਓਵਰ ਡੰਬਲ, ਅਤੇ ਪੁੱਲ ਓਵਰ ਡੰਬਲ ਦੇ ਨਾਲ ਅਸੀਂ ਕੰਬਾਈਨ ਕਰਨ ਜਾ ਰਹੇ ਹਾਂ ਜਿਹੜਾ ਸੈੱਟ ਆਪਣੇ ਆਪ ਦੇ ਵਿੱਚ ਹੀ ਇੱਕ ਸੁਪਰ ਸੈੱਟ ਆ। ਯੈਸ, ਵੀ ਆਰ ਗੋਇੰਗ ਟੂ ਟਾਕ ਅਬਾਊਟ, ਵੀ ਆਰ ਗੋਇੰਗ ਟੂ ਲਰਨ ਅਬਾਊਟ 7x7x7 ਨੂੰ ਤੁਸੀਂ ਕੀ ਕਰਨਾ ਆ। ਪਹਿਲਾਂ 7 ਰੈਪ ਜਿਹੜੇ ਆ ਉਹ ਥੱਲਿਓਂ ਜਿਹੜੇ ਆ ਹਾਫ ਲਗਾਉਣੇ ਆ, ਥੱਲਿਓਂ 90 ਡਿਗਰੀ ਤੱਕ ਲੈ ਕੇ ਜਾਣਾ ਆ ਰੋਡ ਨੂੰ, ਠੀਕ ਹੈ ਨਾ। 7 ਰੈਪਸ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ ਕਿ ਰੋਡ ਨੂੰ ਜਿਹੜਾ ਪੂਰਾ ਉੱਪਰ ਲੈ ਜਾਣਾ ਆ, ਅਤੇ ਉੱਪਰੋਂ 7 ਰੈਪਸ ਲਗਾਉਣੇ ਨੇ 3 4 5 6 1 more 7। ਹੁਣ ਤੁਸੀਂ ਕੀ ਕਰਨਾ ਆ, ਫੁੱਲ ਜਿਹੜਾ ਆ ਰਾਡ ਨੂੰ ਨੀਚੇ ਲੈ ਕੇ ਜਾਣਾ ਪੱਟਾਂ ਤੱਕ, ਅਤੇ ਫੁੱਲ ਜਿਹੜਾ ਸੈੱਟ ਆ ਉਹਨੂੰ ਕੰਸੈਂਟਰੇਟ ਵੇ ਦੇ ਨਾਲ ਪਰਫਾਰਮ ਕਰਨਾ ਆ। ਸੋ ਦੋਸਤੋ, ਏ ਸੀ ਆਈ ਦੀ ਵੀਡੀਓ ਅਤੇ ਇਸ ਐਕਸਰਸਾਈਜ਼ ਦੇ ਤੁਸੀਂ ਲਗਾਓਗੇ 3 ਸੈੱਟ, ਠੀਕ ਹੈ ਜੀ। ਦੋਸਤੋ, ਹੁਣ ਤੁਸੀਂ ਵੀਡੀਓ ਸਾਰੀ ਦੇਖ ਲਈ ਆ, ਅਤੇ ਆਈ ਹੋਪ ਕਿ ਵੀਡੀਓ ਜਿਹੜੀ ਆ ਉਹ ਸਾਰਿਆਂ ਨੂੰ ਜ਼ਰੂਰ ਚੰਗੀ ਲੱਗੀ ਹੋਊਗੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਜ਼ਰੂਰ ਜਿਹੜਾ ਲਾਈਕ ਕਰੋ, ਕਮੈਂਟ ਕਰਕੇ ਦੱਸੋ ਕਿ ਤੁਹਾਡਾ ਫੇਵਰੇਟ ਮਸਲ ਗਰੁੱਪ ਕਿਹੜਾ ਆ, ਤੁਸੀਂ ਕਿਸ ਟੌਪਿਕਸ ਦੇ ਉੱਪਰ ਵੀਡੀਓਜ਼ ਜਿਹੜੀਆਂ ਚਾਹੁੰਦੇ ਹੋ। ਅਤੇ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ। ਇਸ ਤਰ੍ਹਾਂ ਦਾ ਕੰਟੈਂਟ ਦੇਖਣ ਦੇ ਲਈ ਮੇਰੇ ਚੈਨਲ ਦੇ ਨਾਲ ਜੁੜੇ ਰਹੋ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਆਪਣਾ ਖਿਆਲ ਰੱਖੋ, ਜਿਮ ਜਾਓ, ਬੋਡੀ ਬਣਾਓ, ਆਪਣੀ ਸਿਹਤ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।